ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆ ਆਂਗਨਵਾੜੀ ਵਿਖੇ ਮਨਾਈ ਗਈ ਦੀਵਾਲੀ ਅਤੇ ਬੱਚਿਆਂ ਨੂੰ ਗਿਫਟ ਦਿੱਤੇ ਗਏ। ਇਸ ਮੌਕੇ ਤੇ MP ਸਿੰਘ ਗੁਰਾਇਆ, ਪ੍ਰੇਮ ਸਿੰਘ ਰਾਣਾ, ਅਜੀਤ ਸਿੰਘ, ਗੁਰਚੰਦ ਸਿੰਘ, ਸਰਕਲ ਸੁਪਰਵਾਈਜ਼ਰ ਮੈਡਮ ਬਲਵੀਰ ਕੌਰ, ਮੈਡਮ ਪੂਨਮ ਰਾਣੀ ਅਤੇ ਹੈਲਪਰ ਜਸਪ੍ਰੀਤ ਕੌਰ ਅਤੇ ਸਮੁਦਾਇ ਦੇ ਲੋਕ ਸ਼ਾਮਲ ਸਨ। ਅੱਜ ਸਾਡੇ ਗੁਰਾਇਆ ਦੇ ਆਂਗਨਵਾੜੀ ਸੈਂਟਰ ਬਾਲਮੀ ਕਲੋਨੀ ਸਰਕਲ ਸੰਤ ਢੇਸੀਆਂ ਬਲਾਕ ਰੁੜਕਾ ਕਲਾਂ ਗੁਰਾਇਆ ਵਿਖੇ ਦੀਵਾਲੀ ਦਾ ਪ੍ਰੋਗਰਾਮ ਮਨਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਗਿਫਟ ਵੰਡੇ ਗਏ ਅਤੇ ਬੱਚਿਆਂ ਨੂੰ ਦੀਵਾਲੀ ਦੇ ਪਟਾਕਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਅਤੇ ਪਟਾਕਿਆਂ ਤੋਂ ਬਿਨਾਂ ਦੀਵਾਲੀ ਮਨਾਉਣ ਲਈ ਕਿਹਾ ਗਿਆ।